ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਗਜ਼ਲ ਸਚਦੇਵਾ। ਨਜ਼ਰ ਪਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ। ਸੀਐਮ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸਜੇ ਜੋੜ ਮੇਲੇ ਦੀਆਂ ਸੰਗਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਵਧਾਈਆਂ। ਸਾਬਕਾ ਮੰਤਰੀ ਤੇ ਬਾਗੀ ਅਕਾਲੀ ਆਗੂਆਂ ਸਿਕੰਦਰ ਸਿੰਘ ਮਲੂਕਾ ਅਤੇ ਸਰਵਣ ਸਿੰਘ ਫਿਲੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸੌਂਪਿਆ ਆਪਣਾ ਸਪਸ਼ਟੀਕਰਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਰਾਮਦਾਸ ਰੇਲਵੇ ਸਟੇਸ਼ਨ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਬਣਾਉਣ ਲਈ ਕੀਤੀ ਮੁਲਾਕਾਤ। ਮੁਲਾਕਾਤ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਸਰਹੱਦੀ ਖੇਤਰ ਦੇ ਪਿੰਡ ਬੱਲੜਵਾਲ ਤੱਕ ਰੇਲਵੇ ਲਾਈਨ ਵਿਛਾਉਣ ਦਾ ਵੀ ਉਠਾਇਆ ਮੁੱਦਾ। ਮੁਲਾਕਾਤ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਬਾਬਾ ਨਾਨਕ ਰੇਲ ਗੱਡੀ ਵਿੱਚ ਏਸੀ ਕੋਚ ਲਗਾਉਣ ਦੀ ਵੀ ਕਹੀ ਗੱਲ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੀ ਜਾਣਕਾਰੀ, ਕਿਹਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ। ਆਮ ਆਦਮੀ ਪਾਰਟੀ ਬੁਲਾਰੇ ਨੀਲ ਗਰਗ ਨੇ ਭਾਜਪਾ ਤੇ ਸਾਧਿਆ ਨਿਸ਼ਾਨਾ, ਕਿਹਾ ਭਾਜਪਾ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਮੰਨ ਚੁੱਕੀ ਹਾਰ। ਆਮ ਆਦਮੀ ਪਾਰਟੀ ਆਗੂ ਤਰਲੋਚਨ ਸਿੰਘ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਤਰਲੋਚਨ ਸਿੰਘ ਕਤਲ ਮਾਮਲੇ ਵਿੱਚ IG ਨੇ ਪ੍ਰੈਸ ਕਾਨਫਰੰਸ ਕਰ ਕੀਤੇ ਵੱਡੇ ਖੁਲਾਸੇ। IG ਤਨਪ੍ਰੀਤ ਕੌਰ ਨੇ ਦੱਸਿਆ ਲਾਇਸੈਂਸੀ ਅਸਲੇ ਨਾਲ ਕੀਤਾ ਗਿਆ ਆਪ ਆਗੂ ਤਰਲੋਚਨ ਸਿੰਘ ਦਾ ਕਤਲ। IG ਤਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਨੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ ਕਤਲ। ਖੇਤਾਂ ਤੋਂ ਘਰ ਵਾਪਿਸ ਜਾਂਦਿਆਂ ਮੌਕਾ ਵੇਖ ਮਾਰੀਆਂ ਗੋਲੀਆਂ। ਆਮ ਆਦਮੀ ਪਾਰਟੀ ਆਗੂ ਤਰਲੋਚਨ ਸਿੰਘ ਕਤਲ ਮਾਮਲੇ ਵਿੱਚ IG ਨੇ ਦੱਸਿਆ ਤਰਲੋਚਨ ਸਿੰਘ ਦੇ ਬੇਟੇ ਨੇ 3 ਮੁਲਜ਼ਮਾਂ ਤੇ FIR ਕਰਵਾਈ ਹੈ ਦਰਜ। DSP ਹੈੱਡਕੁਆਰਟਰ ਪਲਕ ਗੋਇਲ ਦਾ ਚੰਡੀਗੜ੍ਹ ਤੋਂ ਅੰਡਮੈਨ ਐਂਡ ਨਿਕੋਬਾਰ ਕੀਤਾ ਗਿਆ ਤਬਾਦਲਾ। ਅੰਡਮੈਨ ਐਂਡ ਨਿਕੋਬਾਰ ਵਿੱਚ ਤਾਇਨਾਤ ਲਕਸ਼ੇ ਪਾਂਡੇ ਨੂੰ ਕੀਤਾ ਗਿਆ ਚੰਡੀਗੜ੍ਹ ਤਬਦੀਲ। ਬਰਨਾਲਾ ਵਿਖੇ ਕਿਸਾਨ ਜਥੇਬੰਦੀ BKU ਕਾਦੀਆਂ ਵੱਲੋਂ DAP ਖਾਦ ਦੀ ਘਾਟ ਨੂੰ ਪੂਰਾ ਕਰਨ ਤੇ ਫੇਲ ਸੈਂਪਲਾਂ ਦੀ ਜਾਂਚ ਦੀ ਕੀਤੀ ਗਈ ਮੰਗ, ਪਹੁੰਚੇ DC ਆਫਿਸ। ਡਾਕਟਰਾਂ ਦੀ ਹੜਤਾਲ ਦੇ ਚੱਲਦੇ ਹੁਣ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਧਰਨੇ ਤੇ ਬੈਠੇ, ਮੰਗਾਂ ਪੂਰੀਆਂ ਕਰਵਾਉਣ ਲਈ ਕਰ ਰਹੇ ਧਰਨਾ। ਜ਼ੀਰਕਪੁਰ ਵਿਖੇ CHC ਵਿੱਚ ਦਾਖਲ ਹੋ ਕੇ ਗਰਭਵਤੀ ਮਹਿਲਾ ਡਾਕਟਰ ਤੇ ਹਮਲਾ ਕਰਨ ਵਾਲੇ 2 ਮੁਲਜ਼ਮ ਹੋਏ ਗ੍ਰਿਫਤਾਰ। ਗਰਭਵਤੀ ਮਹਿਲਾ ਡਾਕਟਰ ਤੇ ਹਮਲਾ ਕਰਨ ਦਾ ਕਾਰਨ ਆਇਆ ਸਾਹਮਣੇ। CHC ਵਿੱਚ ਚੋਰੀ ਕਰਨ ਗਏ ਤੇ ਗਰਭਵਤੀ ਮਹਿਲਾ ਡਾਕਟਰ ਦੇ ਰੋਕਣ ਤੋਂ ਬਾਅਦ ਕੀਤਾ ਹਮਲਾ। ਬਠਿੰਡਾ ਵਿਖੇ ਦੋਹਰੇ ਕਤਲ ਦਾ ਮਾਮਲਾ ਆਇਆ ਸਾਹਮਣੇ। ਕਤੂਰੇ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਵਿੱਚ ਮਾਰਿਆ ਗਿਆ ਮਾਪਿਆਂ ਦਾ ਇਕਲੌਤਾ ਪੁੱਤ। ਨਵਾਂਸ਼ਹਿਰ ਵਿਖੇ ਪੈਸਿਆਂ ਦੇ ਲੈਣ ਦੇਣ ਵਿੱਚ ਭਾਣਜੇ ਨੇ ਕੀਤਾ ਮਾਮੇ ਦਾ ਕਤਲ, SSP ਨੇ ਦਿੱਤੀ ਪੂਰੀ ਜਾਣਕਾਰੀ। ਜਲੰਧਰ ਵਿੱਚ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਚੜਿਆ ਪੁਲਿਸ ਅੜਿੱਕੇ। 1 ਕਿਲੋ ਹੈਰੋਇਨ ਸਣੇ 4 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਗਈ ਬਰਾਮਦ। ਪੰਜਾਬ ਦੇ ਕਰਮਜੀਤ ਤਲਵਾੜ ਨੇ ਨਿਊਜ਼ੀਲੈਂਡ ਵਿੱਚ ਮਿਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸੰਬੰਧਿਤ ਇਸ਼ੂਇੰਗ ਅਫਸਰ ਵਜੋਂ ਸੰਭਾਲਿਆ ਅਹੁਦਾ। ਨਿਊਜ਼ੀਲੈਂਡ ਵਿੱਚ ਬਣੇ ਪਹਿਲੇ ਸਿੱਖ ਅਫਸਰ। ਮੋਗਾ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਬਜ਼ੁਰਗ ਦੀ ਹੋਈ ਮੌਤ, ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਕਰਦਾ ਸੀ ਗੁਜ਼ਾਰਾ। ਪਟਿਆਲਾ ਵਿੱਚ ਬੱਸ ਅਤੇ ਟਿੱਪਰ ਦੀ ਭਿਆਨਕ ਟੱਕਰ, ਮੱਚਿਆ ਚੀਕ ਚਿਹਾੜਾ, ਡਰਾਈਵਰ ਸਣੇ ਕਈ ਸਵਾਰੀਆਂ ਹੋਈਆਂ ਗੰਭੀਰ ਜ਼ਖਮੀ।
ਹੁਸ਼ਿਆਰਪੁਰ ਵਿਖੇ ਪੈਨਸ਼ਨ ਲੈਣ ਲਈ ਜਾ ਰਹੇ ਮਾਂ ਪੁੱਤ ਤੇ ਪਿਓ ਨੂੰ ਬੱਸ ਨੇ ਕੁਚਲਿਆ, ਪਿਓ ਦੀ ਹੋਈ ਮੌਤ। ਪੰਜਾਬ ਵਿੱਚ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਤੋਂ ਦਿੱਤੀ ਰਾਹਤ, ਸੰਗਰੂਰ ਵਿਖੇ ਪਿਆ ਭਾਰੀ ਮੀਂਹ। ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ।